ਨਸ਼ਿਆਂ ਦੀ ਬਿਮਾਰੀ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਵਿੱਚ ਵੱਖ ਵੱਖ ਜਗ੍ਹਾ ਤੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਸੌਦਾਗਰਾਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਥੇ ਹੀ ਪੰਜਾਬ ਪੁਲਿਸ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪਿੰਡਾਂ ਪਿੰਡਾਂ ਵਿੱਚ ਜਾ ਕੇ ਪਿੰਡਾਂ ਦੇ ਲੋਕਾਂ ਤੇ ਪੰਚਾਇਤਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕਰ ਰਹੀ ਹੈ ਅਤੇ ਸਹਿਯੋਗ ਦੀ ਮੰਗ ਵੀ ਕਰ ਰਹੀ ਹੈ। ਇਸੇ ਤਰ੍ਹਾਂ ਪਿੰਡ ਹੇਰਾਂ ਦੇ ਵਿੱਚ DSP ਸਰਬਜੀਤ ਸਿੰਘ ਅਤੇ SHO ਕਮਲਜੀਤ ਸਿੰਘ ਥਾਣਾ ਸੁਧਾਰ ਦੇ ਵੱਲੋਂ ਪਿੰਡ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੇ ਅਨੁਸਾਰ ਲੋਕਾਂ ਨੂੰ ਨਸ਼ੇ ਦੇ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ DSP ਸਰਬਜੀਤ ਸਿੰਘ ਦੇ ਵੱਲੋਂ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਹਦਾਇਤ ਵੀ ਦਿੱਤੀ ਗਈ ਹੈ। ਨਸ਼ਿਆਂ ਪ੍ਰਤੀ ਜਾਗਰੂਕਤਾ ਇੱਥੇ ਕੈਂਪ ਲਾਇਆ ਸੀਗਾ, ਮੀਟਿੰਗ ਹੋਈ ਆ। ਨਗਰ ਦੇ ਬਹੁਤ ਸਾਰੇ ਲੋਕ ਇੱਥੇ ਇਕੱਤਰ ਹੋਏ ਤਾਂ ਉੱਥੇ ਇਹ ਵਿਚਾਰ ਕੀਤੀ ਗਈ ਵੀ ਨਾ ਕੋਈ ਨਸ਼ਾ ਖਾਊਗਾ ਨਾ ਵੇਚੂਗਾ, ਜਿਹੜਾ ਕੋਈ ਨਸ਼ਾ ਖਾਊਗਾ ਅਸੀਂ ਉਹਦੀ ਰਿਪੋਰਟ ਕਰਕੇ ਉਹਦਾ ਇਲਾਜ ਵੀ ਕਰਾਵਾਂਗੇ ਅਤੇ ਅਸੀਂ ਆਪਦੇ ਪਿੰਡ ਵਿੱਚੋਂ ਨਗਰ ਵਿੱਚੋਂ ਜਮ੍ਹਾਂ ਹੀ ਨਸ਼ਾ ਖਤਮ ਕਰਾਂਗੇ, ਇਸ ਪਿੰਡ ਨੂੰ ਨਸ਼ਾ ਰਹਿਤ ਬਣਾਵਾਂਗੇ। ਅਸੀਂ ਪਿੰਡ ਪਿੰਡ ਮੀਟਿੰਗ ਕਰਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਾਂ, ਠੀਕ ਹੈ, ਵੀ ਇਹ ਨਸ਼ਾ ਬੰਦ ਹੋਣਾ ਚਾਹੀਦਾ, ਠੀਕ ਹੈ ਨਾ। ਜੇ ਕੋਈ ਨੌਜਵਾਨ ਨਸ਼ਾ ਕਰਦਾ ਹੈ ਤਾਂ ਉਹਨੂੰ ਪ੍ਰੇਰ ਕੇ ਉਹਦਾ ਇਲਾਜ ਵੀ ਕਰਾ ਰਹੇ ਹਾਂਗੇ, ਠੀਕ ਹੈ ਨਾ। ਪਿੰਡਾਂ ਦੇ ਵਿੱਚੋਂ ਇਹਦਾ ਖਾਤਮਾ ਬਿਲਕੁਲ 100% ਕਰਨਾ ਹੈ, ਜਿਹਦੀ ਸਾਡੀ ਡਿਊਟੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਕਰਾਂਗੇ ਵੀ। ਦੇਖੋ ਪਿੰਡ ਹੇਰਾਂ ਦੇ ਵਿੱਚੋਂ ਪੰਚਾਇਤ ਨੇ ਅਤੇ ਜਿਹੜੇ ਹਾਜ਼ਰ ਸੀ ਬੰਦੇ ਸਾਰਿਆਂ ਨੇ ਯਕੀਨ ਦਵਾਇਆ ਵੀ ਸਾਡੇ ਪਿੰਡ ਦੇ ਵਿੱਚ ਚਿੱਟੇ ਵਾਲਾ ਨਸ਼ਾ ਕਰਨ ਵਾਲਾ ਕੋਈ ਵਿਅਕਤੀ ਹੈ ਨਹੀਂ, ਪਰੰਤੂ ਫਿਰ ਵੀ ਦੇਖਾਂਗੇ ਜੇ ਕੋਈ ਇਕੱਧਾ ਹੋਊਗਾ ਵੀ ਤਾਂ ਉਹਨੂੰ ਵੀ ਪ੍ਰੇਰ ਕੇ ਨਸ਼ਾ ਛਡਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਅਸੀਂ ਲੋਕਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਦੇ ਵਿੱਚ ਕਾਮਯਾਬ ਵੀ ਹੋਵਾਂਗੇ। ਦੇਖੋ ਪਿੱਛੇ ਜੇ ਤੁਹਾਡੇ ਥਾਣੇ ਦੇ SHO ਸਾਹਿਬ ਖੜ੍ਹੇ ਨੇ, ਇਹਨਾਂ ਨੇ ਪਿੱਛੇ ਜੇ ਇੱਕ ਅਖੌਤੀ ਡਾਕਟਰ ਨੂੰ ਫੜ ਕੇ ਉਹ 'ਤੇ ਪਰਚਾ ਵੀ ਦਿੱਤਾ ਹੈ, ਗੋਲੀਆਂ ਬਰਾਮਦ ਕਰਾਏ ਨੇ, ਉਹ ਤੋਂ ਅੱਗੇ ਗੱਲ ਚੱਲ ਰਹੀ ਹੈ। ਅੱਗੇ ਵੀ ਇੱਕ ਬੰਦਾ ਵੇਚਣ ਵਾਲਾ ਫੜਿਆ ਗਿਆ, ਇਸ ਤਰੀਕੇ ਨਾਲ ਅਸੀਂ ਉਹਨਾਂ ਦੇ ਖਿਲਾਫ਼ ਵੀ ਐਕਸ਼ਨ ਲੈ ਰਹੇ ਹਾਂ। ਜਸਵੀਰ ਹੇਰਾਂ ਦੇ ਨਾਲ ਸਨੀ ਸੁਜਾਪੁਰ ਪਹਿਰੇਦਾਰ TV ਲਈ।